ਕੋਰੋਨਾ ਵਾਇਰਸ ਦੇ ਵੱਧਦੇ ਹੋਏ ਪ੍ਰਕੋਪ ਨੂੰ ਦੇਖਦਿਆਂ ਹੋਇਆਂ ਮੁਕੇਰੀਆਂ ਸਿਵਲ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਵੀ ਇਸ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਰਸੇਮ ਸਿੰਘ ਨੇ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਇਸ ਤੋਂ ਬਚਾਓ ਸੰਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸੰਬੰਧੀ ਦੱਸਿਆ। ਡਾਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਲਈ ਅਲੱਗ ਵਾਰਡ ਬਣਾਇਆ ਗਿਆ ਹੈ, ਜਿੱਥੇ ਹਰ ਸਮੇਂ ਮਾਹਰ ਡਾਕਟਰਾਂ ਦੀ ਟੀਮ ਮੌਜੂਦ ਰਹਿੰਦੀ ਹੈ। ਉਹਨਾਂ ਦੱਸਿਆ ਕਿ ਫਿਲਹਾਲ ਹੁਣ ਤੱਕ ਮੁਕੇਰੀਆਂ 'ਚੋਂ ਕੋਰੋਨਾ ਵਾਇਰਸ ਦਾ ਕੋਈ ਵੀ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ। ਮੁਕੇਰੀਆਂ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਦਿਲਬਾਗ ਗਰੋਇਆ ਅਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ। ਮੈਂ ਡਾਕਟਰ ਤਰਸੇਮ ਸਿੰਘ SDS ਮੁਕੇਰੀਆਂ। ਕਰੋਨਾ ਵਾਇਰਸ ਇੱਕ ਵਾਇਰਲ ਡਿਜ਼ੀਜ਼ ਹੈ ਜਿਹੜੀ ਕਿ ਇੱਕ ਵਾਇਰਸ ਦੇ ਰਾਹੀਂ ਫੈਲਦੀ ਹੈ। ਇਹ ਕਰੋਨਾ ਵਾਇਰਸ ਪਹਿਲਾਂ ਵੀ ਸੀਗੇ, ਪਰ ਇਹ ਜਿਹੜਾ ਕਰੋਨਾ ਵਾਇਰਸ ਹੈ ਜਿਹਦਾ ਨਾਂ ਰੱਖਿਆ ਗਿਆ COVID-19, ਜਿਹਦਾ ਓਰੀਜਨ ਜਿਹੜਾ ਉਹ ਚਾਈਨਾ ਤੋਂ ਹੋਇਆ ਅਤੇ ਹੁਣ ਲਗਭਗ ਸਾਰੇ ਸੰਸਾਰ 'ਚ ਹੀ ਫੈਲ ਗਈ ਹੈ। ਇਹਦੇ ਵਿੱਚ ਮਰੀਜ਼ ਨੂੰ ਸਭ ਤੋਂ ਪਹਿਲਾਂ ਖਾਂਸੀ, ਜ਼ੁਕਾਮ ਵਗੈਰਾ ਸ਼ੁਰੂ ਹੋ ਕੇ ਡਰਾਈ ਕਫ ਹੁੰਦੀ ਹੈ ਔਰ ਉਹਦੇ ਵਿੱਚ ਨਾਲ ਸਾਹ ਦੀ ਤਕਲੀਫ ਹੋ ਜਾਂਦੀ ਹੈ। ਸਰ ਕੀ ਪਰਹੇਜ਼ ਹੈ ਇਹਦੇ ਬਾਰੇ? ਇਹਦੇ ਵਿੱਚ ਪਰਹੇਜ਼ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਜੇ ਕੋਈ ਸਸਪੈਕਟਡ ਕੇਸ ਹੈ, ਜਿਹਨੂੰ ਕੋਈ ਇਸ ਤਰੀਕੇ ਦੀ ਤਕਲੀਫ ਹੈ, ਉਹਨੂੰ ਇੱਕ ਜਗ੍ਹਾ 'ਤੇ ਰਹਿਣਾ ਚਾਹੀਦਾ, ਕਿਤੇ ਆਮ ਪਬਲਿਕ ਵਿੱਚ ਨਹੀਂ ਜਾਣਾ ਚਾਹੀਦਾ। ਪਲੱਸ ਮਾਸਕ ਕਿਹਾ ਗਿਆ ਕਿ ਪਾ ਕੇ ਰੱਖੋ, ਜਿਹਦੇ ਤੋਂ ਇੱਕ ਤੋਂ ਦੂਸਰੇ ਤੋਂ ਬਚਣ ਲਈ, ਜਾਂ ਭੀੜ ਭਾੜ ਵਾਲੀ ਜਗ੍ਹਾ 'ਤੇ ਜਾਣਾ ਤੁਸੀਂ ਕਿਤੇ, ਅਤੇ ਮਾਸਕ ਪਾਇਆ ਹੋਣਾ ਚਾਹੀਦਾ। ਹੱਥ ਜਿਹੜੇ ਨੇ ਵਾਰ ਵਾਰ ਧੋਵੋ, ਹੱਥ ਜਿਹੜੇ ਨੇ ਕਿਸੇ ਨੂੰ ਮੁੜ ਕੇ ਆਪਣੇ ਅੱਖਾਂ, ਮੂੰਹ, ਨੱਕ ਦੇ ਵਿੱਚ ਹੱਥ ਨਹੀਂ ਲਗਾਉਣੇ ਚਾਹੀਦੇ ਜਦ ਤੱਕ ਹੈਂਡ ਸੈਨੀਟਾਈਜ਼ਰ ਦੇ ਨਾਲ ਇਸ ਹੱਥ ਜਿਹੜੇ ਨੂੰ ਸਾਫ਼ ਨਹੀਂ ਕੀਤੇ ਜਾਂਦੇ। ਔਰ ਜੇ ਕਿਸੇ ਨੂੰ ਸ਼ੱਕ ਹੈ ਕੋਈ ਮਰੀਜ਼, ਉਸ ਤੋਂ ਇੱਕ ਮੀਟਰ ਦੀ ਦੂਰੀ 'ਤੇ ਬਣਾ ਕੇ ਰੱਖਣੀ ਚਾਹੀਦੀ ਹੈ। ਹਾਂਜੀ, ਸਾਡੇ ਕੋਲ ਇਹ ਆਈਸੋਲੇਸ਼ਨ ਵਾਰਡ ਬਣਾ ਦਿੱਤੀ ਹੈ, 4 ਬਿਸਤਰਿਆਂ ਦੀ ਵਾਰਡ ਅਸੀਂ ਇਹਦੇ ਲਈ ਕਰੋਨਾ ਵਾਇਰਸ ਦੀ ਆਈਸੋਲੇਸ਼ਨ ਵਾਰਡ ਬਣਾ ਲਈ ਹੈ। ਔਰ ਜੇ ਕੋਈ ਸ਼ੱਕੀ ਮਰੀਜ਼ ਹੈ ਤਾਂ ਅਸੀਂ ਅਜੇ ਤੱਕ ਤਾਂ ਖੈਰ ਸਾਡੇ ਕੋਲ ਕੋਈ ਨਹੀਂ ਆਇਆ, ਪਰ ਜੇ ਕੋਈ ਤਾਂ ਹੋਵੇ ਤਾਂ ਅਸੀਂ ਰਿਪੋਰਟ ਕਰਦੇ ਹਾਂ। ਥੋੜ੍ਹੀ ਬਹੁਤ ਸ਼ੱਕ ਦੇ ਵਿੱਚ ਵੀ ਅਸੀਂ ਆਪਣੇ ਉੱਪਰ ਨੋਡਲ ਅਫਸਰ, ਡਿਸਟ੍ਰਿਕਟ ਨੋਡਲ ਅਫਸਰ ਨੂੰ ਅਸੀਂ ਰਿਪੋਰਟ ਕਰਦੇ ਹਾਂ ਔਰ ਸ਼ੱਕ ਪੈਣ 'ਤੇ ਅਸੀਂ ਮਰੀਜ਼ ਨੂੰ ਕੁਆਰੰਟਾਈਨ ਕਰਦੇ ਹਾਂ। ਕੁਆਰੰਟਾਈਨ ਦਾ ਮਤਲਬ ਹੈ ਕਿ ਇਕੱਲਾ ਮਰੀਜ਼ 14 ਦਿਨਾਂ ਵਾਸਤੇ ਸੈਪਰੇਟ ਰੱਖਣਾ। Are you ready to study? We have the Hoshiarpur's number one institute, well-equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.